ਦੋਸਤੋ ਮੈਂ ਅੱਜ ਖੜਾ ਪੀਜੀਆਈ ਦੇ ਬਾਹਰ ਇੱਥੇ ਆਉਣ ਦਾ ਕਾਰਨ ਕੀ ਆ ਕਿ ਕੁਝ ਦਿਨ ਪਹਿਲਾਂ ਇੱਕ 25 ਸਾਲ ਦੇ ਮੁੰਡੇ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਉਹਦੇ ਸਿਰ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਗਿਆ ਬ੍ਰੇਨ ਡੈਮੇਜ ਹੋ ਗਿਆ ਕਾਫੀ ਜ਼ਿਆਦਾ ਵੱਡਾ ਨੁਕਸਾਨ ਹੋਇਆ ਤੇ ਕਾਫੀ ਦਿਨ ਬੀਤ ਜਾਣ ਦੇ ਬਾਅਦ ਵੀ ਹਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਮੁੰਡਾ ਜਿਹੜਾ ਉਹ ਜੇਰੇ ਇਲਾਜ ਆ ਤੇ ਇਹਦੇ ਸਬੰਧ ਚ ਇਹਨਾਂ ਨੇ ਫੋਨ ਕਰਕੇ ਮੈਨੂੰ ਬੁਲਾਇਆ ਕਹਿੰਦੇ ਕਿ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੋ ਸਾਰੀ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕੀ ਵਾਪਰੀ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਸੰਜੀਪ ਭਾਜੀ ਤੇ ਕੀ ਘਟਨਾ ਵਾਪਰੀ ਜੀ ਭਾਜੀ ਗੱਲ ਇਹ ਸੀਗੀ ਪੜੋਸੋ ਕੋਈ ਨਾ ਪ੍ਰੋਗਰਾਮ ਸੀਗਾ ਕੁੜੀ ਹੋਈ ਸੀਗੀ ਤੋ ਕੋਈ ਫੰਕਸ਼ਨ ਵਗੈਰਾ ਰੱਖਿਆ ਸੀਗਾ ਉਹਨਾਂ ਨੇ ਇਹ ਕਿਹੜੇ ਸੈਕਟਰ ਦੀ ਗੱਲ ਹੈ ਇਹ 25 D ভাস্কর ਕਲੋਨੀ ਚੰਡੀਗੜ੍ਹ ਅੱਛਾ ਤੋ ਛੋਟਾ ਭਾਈ ਹੈ ਮੇਰਾ ਉਹ ਟਕੇ ਚਾਚਾ ਦੇ ਘਰ ਜਾ ਰਹਾ ਦਾ ਕਰੀਬ 10:30 11 ਵਜੇ ਕਰੀਬ ਹੂੰ ਤੋ ਟੈਂਟ ਦੇ ਵਿੱਚ ਨੂੰ ਜਾਣਾ ਸੀਗਾ ਤੇ ਉੱਥੇ ਮੁੰਡਾ ਉਹਨਾਂ ਨੂੰ ਫੜ ਲਿਆ ਕਹਿੰਦਾ ਵੀ ਤੂੰ ਕੌਣ ਤੇ ਉਹਦੇ ਪਿੱਛੇ ਮੈਂ ਗਿਆ ਦੌੜ ਕੇ ਮੈਂ ਕਹਾ ਬਾਈ ਇਹ ਮੇਰਾ ਭਾਈ ਹੈ ਮੈਂ گاؤں ਸੇ ਆਇਆ ਹੈ ਮੈਂ ਕਹਾ ਇਸ ਨੂੰ ਨਹੀਂ ਪਤਾ ਮੈਂ ਵਾਪਿਸ ਲੈ ਕੇ ਜਾ ਰਹਾ ਹੂੰ ਹੂੰ ਤੋ ਉੱਥੇ ਇੱਕ ਮੁੰਡਾ ਜੀ ਕਹਾ सोनू ਹੂੰ ਡੀਜੇ ਵਾਲਾ ਅੱਛਾ ਤੋ ਉਸਨੇ ਕਿਹਾ ਜਬ ਇਹਨੂੰ ਪਤਾ ਹੀ ਨਹੀਂ ਹੈਗਾ ਕਿ ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਬਾਈ ਤੇ ਆ ਕਿਉਂ ਉੱਥੇ ਤੋ ਉਹਨੇ ਹੱਕ ਕਰਿਆ ਦੱਕ ਕਰਿਆ ਉਹਨੇ ਆ ਕੇ ਕਹਿੰਦੇ ਕਹਿੰਦਾ ਵੀ ਮਾਰੋ بس फटाफट फटाफट ਸਾਨੂੰ ਕੁੱਟਣਾ ਮਾਰਨਾ ਚਾਲੂ ਕਰਤਾ ਉਹਨੇ ਬਸ ਕਿੰਨੇ ਜਾਣੇ ਸੀਗੇ ਮਾਰਨ ਵਾਲੇ ਭਾਜੀ ਉਨ ਤੋਂ ਹੀ حساب ਲਾਓ ਕਟੂਕਟ 15 20 ਬੰਦੇ ਸੀਗੇ ਪਰ ਜਿਹੜੇ ਮੈਨ ਹੈ ਉਹ 7 8 ਬੰਦੇ ਹੀ ਹੈਗੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਮਾਰਿਆ ਹੈਗਾ ਤੇ ਕਿੱਥੇ ਕਿੱਥੇ ਸੱਟਾਂ ਲਾਈਆਂ ਮੇਰੇ ਵੀ ਲਾਈਆਂ ਉੱਤੇ ਤੇ ਭਰਾ ਦੇ ਸਿਰ ਮੇਂ ਰੋਡ ਮਾਰੀ ਹੈ ਤੇ ਗਮਲਾ ਮਾਰਾ ਵਾ ਇੱਕ ਚੱਕੇ ਸਿਰ ਮਤਲਬ ਪੂਰਾ ਹੀ ਡੈਮੇਜ ਹੈ ਸਿਰ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਹੋਸ਼ ਆਇਆ ਜਾਂ ਨਹੀਂ سے لے کے یہاں سے لے کے یہ کان کے پاس سے لے کے اور یہ اتنا جو حصہ ہوتا ہے نا دوسرے پاس سے جو کنپٹی دا یہاں تک پھٹا ہوا ہے بیچ تک اچھا سارا پھٹ گیا پورا سارا پھٹا ہوا ہے سر کے جو اس کا حصہ ہے اس میں 50000 سے زیادہ ٹانکے آئے ہوئے ہیں ٹھیک ہے اور یہاں سے اس کا نا گلا بھی کاٹ دیا گیا پہلے تو اس کو دقت بہت زیادہ ہوتی سانس لینے میں اب ڈاکٹر نے یہاں سے اس کا گلا کاٹ کے الٹیویٹر پہ ڈالا ہوا ہے اس کو کیڑی طریق دی گل بات ہے ساری یہ نو طریق دی گل ہے ساری ते उस तो बाद होश नहीं आया अभी तक कोई होश नहीं आया हम पहले सोलह लेके गए सोला वालों ने एक्सरे कराया उसका सी स्कैन उन्होंने सी स्कैन देखते के साथ ही पी जी रेफर कर दिया मैंने पूछा मैं मैम क्या बात हुई मेरा भाई ठीक तो है उन्होंने बोला ठीक नहीं है तभी हम इसका सी स्कैन कराया है इसको पी जी आई जाओ हम पी जी आई यहाँ पर चार बजे आए ना तो हमारे से कोई पुलिस वाला पूछने के लिए आया क्या बात हुई है क्या नहीं हुई है और पुलिस वाले आते हैं और हमें बोलते हैं कि तुम थाने आ जाओ हमारा बंदा यहाँ पे बीमार मौत से लड़ रहा है वो जिंदगी और मौत से वो हमें कहते हैं तुम पुलिस वाले कि तुम थाने आ जाओ हमारी कंप्लेंट भी नहीं लिखते जो हम उनको बयान देते हैं वो बयान वो लिखते नहीं है अपनी मर्जी से कुछ भी लिख के लाते हैं हम पढ़े लिखे नहीं है हमारे से बोलते हैं तुम यहाँ पे साइन करो अच्छा बयान तो साहब ना नहीं लिखे गए बयान हमारे बयान लिखे गए अपनी मर्जी से जो लिख के ला रहे हैं और हमारे से बोलते तुम यहाँ पे साइन कर दो ਤੁਸੀਂ ਸਾਈਨ ਕਿਉਂ ਕੀਤੇ ਸਾਈਨ ਨਹੀਂ ਕਰ ਕਹੀਂ ਵੀ ਅਭੀ ਤੱਕ ਕਦੀ ਤੱਕ ਅਸੀਂ ਤਾਂ ਬੋਲਾ ਜੀ ਅਸੀਂ ਤਾਂ ਪੜ੍ਹੇ ਲਿਖੇ ਨਹੀਂ ਹੈ ਅਸੀਂ ਸਾਈਨ ਤਬ ਕਰਾਂਗੇ ਜਦ ਆਪ ਹਾਂ ਪੇ ਆਓਗੇ ਹਮਾਰੇ ਸਾਹਮਣੇ ਹਮਾਰੀ ਕਹੀ ਵੀ ਬਾਤ ਲਿਖੋਗੇ ਆਪ ਹਮੇ ਨਹੀਂ ਪੜਨਾ ਤਾ ਦੂਸਰਾ ਬੰਦਾ ਜਾ ਰਹਾ ਹੋਗਾ ਮੈਂ ਉਸ ਤੋਂ ਪੜਵਾ ਸਕਤੇ ਹੈ ਨਾ ਜੋ ਬਿਆਨ ਲਿਖੇ ਵੀ ਉਹਨੋ ਨੇ ਤੋਂ ਨਾਮ ਜੋ ਬੰਦੇ ਹੈ ਹਮਾਰੇ ਕੈਸਾ ਨਾਮ ਨੇ ਲਿਖੇ ਕਹਤੇ ਅਸੀਂ ਆਪਣਾ ਆਪ ਲਿਖੇਗੇ ਬਾਕੀ ਤੁਸੀਂ ਦੋ ਦੋ ਬੰਦੋ ਕੇ ਨਾਮ ਲਿਖਾਓ ਬਾਕੀ ਹੋਰ ਕੇ ਅਸੀਂ ਬਾਤ ਚ ਨਾਮ ਲਿਖਾਂਗੇ ਨਹੀਂ ਬੰਦੇ ਜਿਹੜੇ ਸਾਡੇ ਸਾਹਮਣੇ ਸੀਗੇ ਉਹਨਾਂ ਦੇ ਨਾਮ ਲਿਖੇ ਹੀ ਨਹੀਂਗੇ ਉਹਨਾਂ ਨੇ ਕੌਣ ਕੌਣ ਹੀਗੇ ਇੱਕ ਸੋਨੂ ਡੀਜੇ ਵਾਲਾ ਇੱਕ ਜਤਿਨ ਇੱਕ ਨਿਤਿਨ ਟੁੰਡਾ ਇੱਕ ਅਰੁਣ ਇੱਕ ਲੜਕਾ ਹੋਰ ਸੀਗਾ ਮੋਨੂ ਨਾਮ ਹੈ ਉਸਕਾ ਲੜਕੇ ਦਾ ਅੱਛਾ ਮੋਨੂ ਨਾਮ ਹੈ ਪਹਿਲੇ ਮੇਰੇ ਭਾਈ ਕੇ ਜੋ ਬੜੇ ਵਾਲੇ ਭਾਈ ਕੇ ਜਤਿਨ ਨੇ ਉਸਨੇ ਮਾਰਾ ਸੋਨੂ ਡੀਜੇ ਵਾਲੇ ਨੇ ਔਰ ਜਤਿਨ ਨੇ ਸਭ ਨੇ ਮਿਲ ਕੇ ਬੋਲਾ ਕਿ ਮਾਰੋ ਸਾਲੋ ਕੋ ਪੁਲਿਸ ਵੱਲੋਂ ਹਜੇ ਤੱਕ ਐਫ ਆਈ ਆਰ ਨਹੀਂ ਦਰਜ ਕੀਤੀ ਅਭੀ ਤੱਕ ਕੋਈ ਐਫ ਆਈ ਆਰ ਦਰਜ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਕੱਲ ਲਾਸਟ ਹਮਾਰੇ ਪਾਸ ਸ਼ਾਮ ਕੇ ਟਾਈਮ ਆਏ ਥੇ कि तुम थाने में आओ अपनी कंप्लेंट लिखो फिर दोपहर को हमारी कंप्लेंट वो लिख के गए हैं फिर शाम को दोबारा वापस आए हैं उसके बाद अभी तक कोई नहीं आया तो कह रहे कि एक बंदा फड़िया ही हाँ जी एक चार बंदा चार फड़िया थी सी चार सर चार एक चार बंदा था। फड़ा था अब वो छड़ दिया पता नहीं छड़ा या नहीं छढ़ा पर सुनने में हमारी यही आ रही है कि उसको छोड़ दिया गया है और जिस लड़के को पकड़ा था उसकी माँ हमारे घर पे जाके बोलती है हम तो अपने को छुड़ा के लियाए तुम क्या कर लोगे हमारा बता तुम फैसला कर लो तुम्हारा फ़ायदा इसी में अभी तो हम बोल रहे हैं नहीं तो फिर तुम हमारे पैर पकड़ते फिरोगे और सिंधु सिंधु लड़काया सिंधु करके लड़काया सिंधु और अरुण और एक ये अपना जिनके घर प्रोग्राम था अ अजीत नाम है उनके फादर का और मां का नाम सरोज है उसके दो लड़के सिगे होना उनका नाम हमें पता नहीं पर मोटे-मोटे दोनों ने जान देंगे दोनों लड़के उनके सिगे जिन्होंने हमारे साथ ये हा싸 किया इस घटना दी कोई सीसीटीवी फुटेज वगैरह है हां सर है पुलिस नु देती तुसी ਪੁਲਿਸ ਲੈ ਕੇ ਗਈ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਕਿਉਂਕਿ ਇਹ ਵੀਡੀਓ ਆਪਾਂ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਚੰਡੀਗੜ੍ਹ ਅਸੀਂ ਇਹ ਤਾਂ ਮੰਗ ਕਰਦੇ ਆਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਉਹ ਤੁਸੀਂ ਸਾਰੀ ਗੱਲਬਾਤ ਸੁਣ ਲਈ ਆ ਤੇ ਹੁਣ ਇਹਨਾਂ ਦੀ ਮੰਗ ਇਹੋ ਹੀ ਆ ਕੀ ਪ੍ਰਸ਼ਾਸਨ ਜਿਹੜਾ ਇਹਦੇ ਤੇ ਖੁੱਲ ਕੇ ਕਾਰਵਾਈ ਕਰੇ ਕਿਉਂਕਿ 9 ਤਰੀਕ ਦੀ ਵਾਰਦਾਤ ਹੋਈ ਆ ਅੱਜ 13 ਤਰੀਕ ਹੋ ਗਈ ਆ ਤੇ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਪੁਖਤਾ ਜਿਹੜੀ ਕਾਰਵਾਈ ਨਹੀਂ ਕੀਤੀ ਸੋ ਤੁਸੀਂ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਜੋ ਜੜੀਆਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਚੰਡੀਗੜ੍ਹ ਪੁਲਿਸ ਦੀਆਂ ਅੱਖਾਂ ਖੁੱਲਣ ਤੇ ਇਹਨਾਂ ਵੀਰਾਂ ਨੂੰ ਇਨਸਾਫ ਮਿਲ ਸਕੇ ਧੰਨਵਾਦ